ਮਜ਼ਬੂਤ ਹੈ ਅਤੇ ਇਹ ਜੀ ਸਪਿੰਡਲ ਇਹਦੇ ਤੁਸੀਂ ਦੇਖ ਸਕਦੇ ਹੋ ਬੜੇ ਜ਼ਬਰਦਸਤ ਨਵੇਂ ਡਿਜ਼ਾਇਨ ਦੇ ਵਿੱਚ। ਮੈਂ ਦਰਖਾਸਤ ਕਰਾਂਗਾ ਕਿ ਤੁਸੀਂ ਸਟਾਰਟ ਕਰਕੇ ਇਹਦਾ ਟਰਨਿੰਗ ਰੇਡੀਅਸ ਵੀ ਜ਼ਿਮੀਦਾਰਾਂ ਨੂੰ ਦਿਖਾਓ ਜੀ। ਅੱਛਾ ਟਰਨਿੰਗ ਰੇਡੀਅਸ ਤੁਸੀਂ ਕਹਿ ਰਹੇ ਸੀ ਕਿ 45 ਡਿਗਰੀ 45 ਡਿਗਰੀ ਤੇ ਦੋਨੋਂ ਫਰੰਟ ਵੀਲ ਮੁੜ ਜਾਂਦੇ ਆ, ਦੋਨੋਂ ਯਕਸਾਂ 45 ਡਿਗਰੀ ਤੇ ਮੁੜਦੇ ਆ ਔਰ ਬਹੁਤ ਛੋਟੀ ਇਹਦੀ ਕਟਾਈ ਹੈਗੀ ਹੈ। ਤੁਸੀਂ ਹੁਣ ਹੀ ਦੇਖਿਆ ਵੀ ਉਹਨਾਂ ਨੇ ਜਦੋਂ ਡਰਾਈਵਰਾਂ ਨੇ ਟਰੈਕਟਰ ਲਿਆ ਕੇ ਲਾਏ ਨੇ ਕਿ ਬੜੇ ਛੋਟੇ ਜਿਹੇ ਮੋੜ ਤੋਂ ਉਹਨਾਂ ਨੇ ਕਟਾਈ ਜ਼ਿਆਦਾ ਹੈ ਜੀ ਜੀ ਕਟਾਈ ਹੈ ਜੀ ਕਟਾਈ ਜ਼ਿਆਦਾ ਨਹੀਂ ਅਸੀਂ ਇਹ ਹਾਂ ਕਟਾਈ ਜ਼ਿਆਦਾ ਕਹਿ ਲਓ, ਮੋੜ ਛੋਟਾ ਕੱਟਦਾ ਥੋੜ੍ਹੀ ਜਗ੍ਹਾ 'ਚ ਮੁੜ ਜਾਂਦਾ। ਪਕੜ ਲਓ ਪਕੜ ਲਓ ਬਾਕੀ ਜੀ, ਇਹ ਤੁਹਾਨੂੰ ਚੁੱਕ ਕੇ ਦਿਖਾਉਂਦੇ ਹਾਂ ਇੱਥੇ ਤੁਸੀਂ ਇਹਨੂੰ ਖੋਲ੍ਹਣਾ ਹੈ ਜੀ ਬੜੇ ਈਜ਼ੀਲੀ ਇਹ ਹੁਣ ਤੁਸੀਂ ਬੈਟਰੀ ਵਾਟਰ ਚੈੱਕ ਕਰਨਾ ਹੈ, ਤੁਸੀਂ ਆਪਣਾ ਏਅਰ ਕਲੀਨਰ ਦਾ ਆਇਲ ਸਾਫ਼ ਕਰਨਾ ਹੈ, ਰੇਡੀਏਟਰ ਦਾ ਪਾਣੀ ਹੈ, ਫਿਰ ਤੁਹਾਡਾ ਇਹਦੇ ਵਿੱਚ ਇਹਦੇ ਇਲਾਵਾ ਇਹ ਤੁਹਾਡਾ ਪਾਵਰ ਸਟੀਅਰਿੰਗ ਦਾ ਆਇਲ ਹੈ ਉਹ ਪੂਰਾ ਕਰਨਾ ਹੈ ਜਾਂ ਚੈੱਕ ਕਰਨਾ, ਤਾਂ ਤੁਸੀਂ ਸਹੂਲਤ ਨਾਲ ਸਾਰੇ ਕੰਮ ਕਰ ਸਕਦੇ ਹੋ। ਤੁਸੀਂ ਡੀਜ਼ਲ ਫਿਲਟਰ ਚੇਂਜ ਕਰਨੇ ਨੇ, ਹਾਈਡ੍ਰੋਲਿਕ ਫਿਲਟਰ ਚੇਂਜ ਕਰਨਾ, ਉਧਰੋਂ ਆਇਲ ਫਿਲਟਰ ਹੈ, ਇਹ ਬਹੁਤ ਸਹੂਲਤ ਹੈ ਕਿ ਜ਼ਿਮੀਦਾਰ ਆਸਾਨੀ ਨਾਲ ਆਪਣੇ ਸਾਰੇ ਕੰਮ ਕਰ ਸਕਦੇ। ਸਿਸਟਮ ਤੁਸੀਂ ਕਹਿ ਰਹੇ ਸੀ ਕਿ ਬਹੁਤ ਅੱਛਾ ਕਰ ਦਿੱਤਾ ਹੈ, ਆਇਲ 12 ਲੀਟਰ ਆਇਲ ਹੈ ਇਹਦੇ, 12 ਲੀਟਰ ਆਇਲ ਆਇਲ ਸਟੰਪ ਦੇ ਵਿੱਚ ਹੈ, ਇੰਜਨ ਆਇਲ ਇੱਥੇ ਹੈ ਜੀ। ਫਿਰ ਇਹਦਾ ਜਿਹੜਾ ਹਵਾ ਦਾ ਨਿਜ਼ਾਮ ਬਣਾਇਆ, ਇਹਦਾ ਰੇਡੀਏਟਰ ਹੈ, ਇਹਦਾ ਫੈਨ ਹੈ, ਇਹਦੀ ਪੁਲੀ ਹੈ, ਇਹਦਾ ਡਿਜ਼ਾਈਨ ਬਹੁਤ ਸ਼ਾਨਦਾਰ ਕੀਤਾ ਗਿਆ। ਇਹ ਟਰੈਕਟਰ ਤੁਸੀਂ ਜਿੰਨੀ ਦੇਰ ਮਰਜ਼ੀ ਇਸਤੇਮਾਲ ਕਰਦੇ ਰਹੋ, ਇਹ ਨਾਰਮਲ ਟੈਂਪਰੇਚਰ 'ਤੇ ਰਹਿੰਦਾ, ਹੀਟ ਅਪ ਨਹੀਂ ਹੁੰਦਾ। ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਟਰੈਕਟਰ ਦਾ ਤੁਸੀਂ ਰਿਵਿਊ ਦਿੱਤਾ। ਲਓ ਜੀ ਦੋਸਤੋ, ਵੀਡੀਓ ਅੱਛੀ